ਕਾਦੀਆਂ ਦੇ ਨਜ਼ਦੀਕ ਪਿੰਡ ਬਸਰਾਵਾਂ ਵਿੱਚ ਇੱਕ ਪਖੰਡੀ ਬਾਬੇ ਵੱਲੋਂ ਔਰਤ ਦੀ ਕੁੱਟਮਾਰ ਕਰਨ ਦਾ ਸਮਾਚਾਰ ਮਿਲਿਆ। ਪੀੜਿਤ ਔਰਤ ਦੇ ਪਤੀ ਦਲਜਿੰਦਰ ਸਿੰਘ ਅਤੇ ਉਸਦੀ ਮਾਤਾ ਨੇ ਦੱਸਿਆ ਕਿ ਮੇਰੀ ਪਤਨੀ ਕਵਲਜੀਤ ਕੌਰ ਜੋ ਕਿ ਪਿਛਲੇ ਕਈ ਦਿਨਾਂ ਤੋਂ ਬਿਮਾਰ ਸੀ, ਪਤਾ ਲੱਗਾ ਕਿ ਪਿੰਡ ਬਸਰਾਵਾਂ ਵਿੱਚ ਇੱਕ ਬਾਬੇ ਵੱਲੋਂ ਫਾਂਡਾ ਕੀਤਾ ਜਾਂਦਾ ਹੈ। ਜਦੋਂ ਅਸੀਂ ਬਾਬੇ ਕੋਲ ਗਏ ਤਾਂ ਉਸਨੇ ਸਾਨੂੰ ਕੁਝ ਵੀ ਪੁੱਛਣ ਤੋਂ ਪਹਿਲਾਂ ਹੀ ਕਵਲਜੀਤ ਨੂੰ ਚਿਮਟਿਆਂ ਅਤੇ ਚਪੇੜਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਨਾਲ ਕਵਲਜੀਤ ਬੇਹੋਸ਼ ਹੋ ਗਈ। ਉਸਨੂੰ ਤੁਰੰਤ ਸਰਕਾਰੀ ਹਸਪੀਟਲ ਲਿਜਾਇਆ ਗਿਆ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਅਜਿਹੇ ਪਖੰਡੀ ਬਾਬਿਆਂ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਕੋਈ ਹੋਰ ਇਸਦੇ ਅੜਿੱਕੇ ਵਿੱਚ ਨਾ ਚੜੇ। ਗੱਲ ਵੀ ਇੱਦਾਂ ਬੈਠੇ ਸੰਗਤ ਬੈਠੀ ਅਤੇ ਗੁੱਡੀ ਦਾ ਉੱਠ ਕੇ ਤੁਰ ਪਈ, ਆਉਂਦੀ ਇੱਥੇ ਨਹੀਂ ਕੁਛ ਵੀ, ਇੱਥੇ ਪਵਾਂਡੇ ਆ, ਕੁਛ ਨਹੀਂ ਇੱਥੇ ਹੈਗਾ ਅਤੇ ਅਸੀਂ ਨਹੀਂ ਇੱਥੇ ਖਲੋਣਾ। ਅਤੇ ਉਹ ਨਾ ਬਹਿ ਜਾਓ ਇੱਥੇ ਬਹਿ ਜਾਓ, ਉਹਨਾਂ ਨੇ ਕਹਿਣਾ ਲੱਗਾ ਸੀ, ਉਹਨਾਂ ਨੇ ਵਾਲ ਵੂਲ ਚੰਗੇ ਫੁੱਟੇ, ਬਸ ਚਪੇੜਾਂ 'ਚ ਪੜਾਂ ਫੜੀਆਂ ਉਹਨਾਂ ਮਾਰੀਆਂ। ਅਤੇ ਮੈਂ ਕਿਹਾ ਮੈਂ ਇਹ ਤਾਂ ਕੰਮ ਸੋ ਕੰਮ ਪੁੱਛੋ, ਨਾ ਪੁੱਛੋ ਵੀ ਤੇਰਾ ਨਾਂ ਕੀ ਹੈ, ਵੀ ਕੋਈ ਵਿੱਚ ਹੈਗਾ ਕਿ ਜਾਂ ਉਦਾਂ ਹੀ ਗੁੱਡੀ ਜਾਂਦੇ। ਮੈਂ ਫੜ ਕੇ ਛਡਾ ਛੁੱਕ ਨਾ ਸੀ ਅਤੇ ਅਸੀਂ ਬਾਹਰ ਲਿਆਂਦਾ ਅਤੇ ਅਸੀਂ ਗੱਡੀ ਵਿੱਚ, ਪਰ ਇਹ ਬੁਰੀ ਬੁਰੀ ਹਾਲਤ ਸੀ। ਭਾਟੀਆ ਹੋਸਪਿਟਲ ਆ ਕੇ ਜਦੋਂ ਅਸੀਂ ਇੰਜੈਕਸ਼ਨ ਲਵਾਏ, ਲੋਏ ਗਲੂਕੋਸ਼ ਲੱਗਿਆ ਅਤੇ ਫਿਰ ਮਾੜਾ ਮੋਟਾ ਜਾ, ਅਤੇ ਬਹੁਤ ਜ਼ਿਆਦਾ ਬੁਰੀ ਹਾਲਤ। ਕੁੜੀ ਨੇ ਉੱਦਾਂ ਮੁੱਕ ਜਾਣੀ, ਉੱਥੇ ਦੋ ਹੋਰ ਵੱਜਦੀਆਂ ਆਪੇ ਮੁੱਕ ਜਾਣਾ ਸੀ, ਸਰੀਰਾਂ ਦੇ ਵਿੱਚ ਕੀ ਆ ਹੁਣ ਹੈਗਾ। ਅਸੀਂ ਤਾਂ ਇਹੋ ਹੀ ਆਪਣੇ ਮਨ ਨੂੰ ਵੀ ਡਾਕਟਰਾਂ ਕੋਲ ਲਈ ਫਿਰਦੇ ਸੀ ਅਤੇ ਸਾਨੂੰ ਕਿਹਾ ਚਲੋ ਉੱਥੇ ਵਿਖਾ ਲਓ ਤੁਸੀਂ, ਅਸੀਂ ਤਾਂ ਲੈ ਕੇ ਆਏ ਹਾਂ, ਸਾਨੂੰ ਇਹ ਭਾਣੇ ਦਾ ਹੀ ਪਤਾ ਲੱਗਾ ਵੀ ਇਹ ਕੀ ਕਰ ਦੇਣਾ ਸੀ। ਅਤੇ ਫਿਰ ਵੀ ਕੁੜੀ ਨੇ ਕਿਹਾ ਨਹੀਂ ਮੰਮਾ ਪਖਾਨੇ ਇੱਥੇ ਚੱਲੀਏ, ਕੋਈ ਇੱਥੇ ਨਹੀਂ ਹੈਗਾ। ਚਾਹੁੰਦੇ ਹਾਂ ਕਿ ਗਾਂਹ ਵੀ ਨਾ ਕਿਸੇ ਨਾਲ ਧੋਖਾ ਹੋਵੇ ਅਤੇ ਗਾਂਹ ਵੀ ਜਿਹੜੀ ਹੈ ਨਾ ਸਟੈਪ ਚੰਗਾ ਚੁੱਕਿਆ ਜਾਏ ਕਿ ਇਹ ਇੱਦਾਂ ਦਾ ਕੰਮ ਗਾਂਹ ਵਾਸਤੇ ਨਾ ਹੋਏ, ਕਿਸੇ ਧੀ ਭੈਣ ਨੂੰ ਨਾ ਮਾਰ ਕੁੱਟ ਨਾ ਹੋਏ ਕਿਸੇ ਨੂੰ, ਇਸ ਤਰ੍ਹਾਂ ਦਾ ਕੰਮ ਅਸੀਂ ਚਾਹੁੰਦੇ ਸੀ। ਪਿੰਡ ਜੋ ਬਿਸਰਾਵਾਂ ਦੇ ਵਿੱਚ ਇੱਕ ਪਖੰਡੀ ਰਹਿੰਦਾ ਸੀ, ਉਹ ਪਖੰਡੀ ਦਾ ਨਾਮ ਹੈ ਲਾਡੀ। ਬਾਬੇ ਵਡਭਾਗ ਸਿੰਘ ਦੇ ਨਾਂ 'ਤੇ ਗੱਦੀ ਲਾ ਕਰਕੇ ਲੋਕਾਂ ਨਾਲ ਲੁੱਟ ਖਸੁੱਟ ਕਰਨੀ, ਮਾਰ ਕੁਟਾਈ ਕਰਨੀ। ਜੋ ਇਹ ਭੈਣ ਕਵਲਜੀਤ ਕੌਰ ਪਿੰਡ ਮਸਾਣੀਆਂ ਦੀ ਰਹਿਣ ਵਾਲੀ, ਕਿਸੇ ਦੇ ਕਹਿਣ 'ਤੇ ਜਦੋਂ ਉਹ ਲਾਡੀ ਦੇ ਕੋਲ ਜਿਹੜਾ ਆਪਣੇ ਘਰ ਵਿੱਚ ਗੱਦੀ ਲਾ ਕੇ ਲੋਕਾਂ ਨਾਲ ਲੁੱਟ ਖਸੁੱਟ ਕਰਦਾ ਸੀ ਅਤੇ ਮਾਰ ਕੁਟਾਈ ਕਰਦਾ ਸੀ, ਜਦੋਂ ਉਹਨਾਂ ਦੇ ਕੋਲ ਅੱਜ ਦੁਪਹਿਰੇ 12:30 ਵਜੇ ਗਏ, ਉਹਨੇ ਇਹਨਾਂ ਦੇ ਪਰਿਵਾਰ ਨੂੰ ਕਿਹਾ ਕਿ ਇਹਨੂੰ ਖੇਤਰਫਲ ਦਾ ਪਹਿਰਾ ਹੈ, ਇਹਦੀ ਉਹਨੇ ਬਹੁਤ ਚੌਂਤਿਆਂ ਦੇ ਨਾਲ ਚਪੇੜਾਂ ਦੇ ਨਾਲ ਬਹੁਤ ਮਾਰ ਕੁਟਾਈ ਕੀਤੀ, ਜਿਹਦੇ ਨਾਲ ਲੜਕੀ ਬੇਹੋਸ਼ ਹੋ ਗਈ ਸੀ। ਪਰਿਵਾਰ ਨੇ ਇਸ ਵੇਲੇ ਸਿਵਲ ਹਸਪਤਾਲ ਹਰਚੋਵਾਲ ਵਿਖੇ ਦਾਖਲ ਕਰਵਾਇਆ ਹੈ। ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਕਿ ਇਸ ਪਖੰਡੀ ਦੇ ਵਿਰੁੱਧ ਤੁਰੰਤ ਕਾਰਵਾਈ ਕਰਕੇ ਇਹ 'ਤੇ ਪਰਚਾ ਦਰਜ ਕਰਕੇ ਇਹਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਅਤੇ ਇਹਦਾ ਪਖੰਡ ਦੀ ਦੁਕਾਨਦਾਰੀ ਬੰਦ ਕਰਾਈ ਜਾਵੇ, ਕਿਉਂਕਿ ਐਸੇ ਜਿਹੜੇ ਪਖੰਡੀ ਹਨ ਪੰਜਾਬ ਦੀ ਧਰਤੀ 'ਤੇ ਆਪਣੇ ਘਰਾਂ ਦੇ ਵਿੱਚ ਗੱਦੀਆਂ ਲਾ ਕੇ ਲੋਕਾਂ ਨਾਲ ਲੁੱਟ ਖਸੁੱਟ ਕਰ ਰਹੇ ਨੇ। ਇਹਨਾਂ ਦਾ ਸਾਰਾ ਡਾਟਾ ਵੇਖਿਆ ਜਾਵੇ, ਇਹਨਾਂ ਦੇ ਬੈਂਕਾਂ ਦੇ ਖਾਤੇ ਵੇਖੇ ਜਾਣ, ਇਹਨਾਂ ਦੀ ਜਾਇਦਾਦ ਵੇਖੀ ਜਾਵੇ ਕਿ ਇਹਨਾਂ ਨੇ ਜਾਇਦਾਦ ਕਿੰਨੀ ਬਣਾਈ ਹੈ। ਗੱਲ ਕੁਝ ਨਹੀਂ ਹੋਈ ਭਾਅ ਜੀ, ਇੱਦਾਂ ਹੀ ਥੋੜ੍ਹੇ ਠੀਕ ਨਹੀਂ ਰਹਿੰਦੇ, ਇਹਨਾਂ ਦੀ ਤਬੀਅਤ ਨਹੀਂ ਠੀਕ। 3-4 ਦਿਨ ਤੋਂ ਨਾ ਆਪਾਂ ਡਾਕਟਰ ਸਾਹਿਬ ਨੂੰ ਦਿਖਾ ਰਹੇ ਸੀ ਅਤੇ ਜਦ ਮੈਡੀਸਨ ਚੱਲਦੀ ਪਈ ਅਤੇ ਕੋਈ ਫਰਕ ਨਹੀਂ ਪੈ ਰਿਹਾ। ਇੱਦਾਂ ਹੀ ਲਾਗੋ ਸਾਨੂੰ ਕਿਸੇ ਨੇ ਦੱਸਿਆ ਕਿ ਇੱਦਾਂ ਬਸਰਾਵਾਂ 'ਤੇ ਬਾਬਾ ਲਾਡੀ ਆ ਉਹ ਰਹਿੰਦਾ, ਤੁਸੀਂ ਉਹਨਾਂ ਨੂੰ ਇੱਕ ਵਾਰੀ ਦਿਖਾ ਲਓ, ਕਿਲੇ ਹੁੰਦਾ ਕੋਈ ਥਾਇਰੋਇਡ ਦਾ ਨੁਕਸ ਹੋਏ ਅਤੇ ਇੱਦਾਂ ਵੀ ਹੋ ਸਕਦਾ ਵਾ। ਅਤੇ ਮੈਡੀਸਨ ਅਸਰ ਨਹੀਂ ਕਰਦੀ ਪਈ ਅਤੇ ਅਸੀਂ ਸੋਮਵਾਰ ਉਹ ਗੱਦੀ ਲਾਉਂਦੇ ਆ ਬਸਰਾਵਾਂ 'ਚ ਲੱਗੀ, ਉੱਥੇ ਉਹਨਾਂ ਨੂੰ ਪਹਿਰਾ ਪੂਰਾ ਆਉਂਦਾ ਵਾ ਅਤੇ ਅਸੀਂ ਉੱਥੇ ਲੈ ਕੇ ਗਏ ਹਾਂ ਅਤੇ 12:30 ਆਪਾਂ ਉੱਥੇ ਗਏ ਹਾਂ। ਉੱਥੇ ਗਏ ਹਾਂ ਆਪਾਂ ਇੱਦਾਂ ਹੀ, ਇਹਨਾਂ ਨੇ ਕਿਹਾ ਵਾ ਕਿ ਇਹਨਾਂ ਕੋਲ ਕੁਛ ਵੀ ਹੈ ਨਹੀਂ, ਘਰਦਿਆਂ ਨੇ ਕਿਹਾ ਕਿ ਇਹਦੇ ਕੋਲ ਕੁਛ ਨਹੀਂ ਹੈਗਾ ਵੀ ਪਖੰਡੀ ਕਰਦੇ ਆ, ਅਤੇ ਇੰਨੀ ਕਹਿਣ ਦੀ ਗੱਲਬਾਤ ਉਹਨਾਂ ਨੇ ਵਾਲਾਂ ਤੋਂ ਫੜ ਲਿਆ ਇਹਨਾਂ ਨੂੰ, ਵਾਲਾਂ ਤੋਂ ਫੜ ਕੇ ਥੱਲੇ ਚਪੇੜਾਂ ਮਾਰਨੀਆਂ ਸ਼ੁਰੂ ਕਰਦੀਆਂ, ਚਿਮਟੇ ਮਾਰਨੇ ਸ਼ੁਰੂ ਕਰਤੇ, ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆ ਕੇ ਅਤੇ ਇਹਨਾਂ ਨੂੰ ਕਦੇ ਧੌਣ 'ਤੇ ਮਾਰਨ ਡੈਪਣ ਕਰੇ, ਕਈ ਮੰਮੀ ਹੀ ਨਾਲ ਅਸੀਂ ਬੜੇ ਜ਼ੋਰ ਨਾਲ ਛਡਾਇਆ, ਜੇ ਨਾ ਛਡਾਉਂਦੇ ਤਾਂ ਇਹਨਾਂ ਨੂੰ ਉਹਨਾਂ ਨੇ ਮਾਰ ਹੀ ਦੇਣਾ ਸੀ। ਆਪਣੇ ਮਨੋਂ ਤਾਂ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਮਾਰ ਹੀ ਦਈਏ, ਜਿਹੜੇ ਹਿਸਾਬ ਨਾਲ ਉਹਨਾਂ ਨੇ ਸਟੈਪ ਚੁੱਕਿਆ ਸੀ। ਇਹ ਤਾਂ ਚਲੋ ਅਸੀਂ ਲੱਗ ਗਏ ਸੀ ਅਤੇ ਬੜੇ ਜ਼ੋਰ ਜ਼ਾਰ ਨਾਲ ਛਡਾ ਕੇ ਅਤੇ ਅਸੀਂ ਭਾਟੀਆ ਹੋਸਪਿਟਲ ਲੈ ਜਾਂਦਾ, ਉੱਥੇ ਉਹਨਾਂ ਨੇ ਡ੍ਰਿਪ ਵਗੈਰਾ ਲਗਾ ਕੇ ਐਡਮਿਟ ਕੀਤਾ ਅਤੇ ਹੁਣ ਅਸੀਂ ਇੱਥੇ ਹਰਚੋਵਾਲ ਲੈ ਗਏ ਹਾਂ ਸਰਕਾਰੀ ਹੋਸਪਿਟਲ। ਅਸੀਂ ਚਾਹੁੰਦੇ ਹਾਂ ਕਿ ਸਾਡੇ ਨਾਲ ਧੋਖਾ ਹੋਇਆ ਵਾ ਕਿ ਗਾਂਹ ਲੋਕਾਂ ਨਾਲ ਵੀ ਨਾ ਧੋਖਾ ਹੋਵੇ, ਕਿ ਕਾਨੂੰਨੀ ਜੋ ਕਾਰਵਾਈ ਬਣਦੀ ਹੈ ਹੋਣੀ ਚਾਹੀਦੀ।